ਪੰਜਾਬ ਦੇ ਬਟਾਲਾ ਵਿੱਚ ਪੈਂਦੇ ਪਿੰਡ ਛੀਨਾ ਦੇ ਨੌਜਵਾਨ ਸਿੱਖ ਸਰਪੰਚ ਨੇ ਨਾ ਸਿਰਫ ਪੰਜਾਬ ਬਲਕਿ ਕੌਮੀ ਪੱਧਰ ਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਪੰਜਾਬ ਸੂਬੇ ਦਾ ਇੱਕ ਵਾਰ ਫਿਰ ਨਾਮ ਚਮਕਾਉਂਦੇ ਹੋਏ ਉੱਚ ਸਿੱਖਿਅਤ ਨੈਸ਼ਨਲ ਅਵਾਰਡੀ ਸਰਪੰਚ ਪੰਥਦੀਪ ਸਿੰਘ ਵੱਲੋਂ ਪੰਚਾਇਤ ਲਈ ਬਣਾਏ ਗਏ ਜੀਪੀ ਡੀਪੀ ਪਲਾਨ ਨੂੰ ਭਾਰਤ ਸਰਕਾਰ ਵੱਲੋਂ ਨੈਸ਼ਨਲ ਪੁਰਸਕਾਰ ਲਈ ਚੁਣਿਆ ਗਿਆ ਹੈ। ਪੂਰੇ ਪੰਜਾਬ ਵਿੱਚ ਸਿਰਫ ಗ್ರಾಮ ਪੰਚਾਇਤ ਛੀਨਾ ਦੀ ਵਿਕਾਸ ਯੋਜਨਾ ਨੂੰ ਭਾਰਤ ਦੇਸ਼ ਵਿੱਚੋਂ ਚੁਣੇ ਸਰਪੰਚ ਪੰਥਦੀਪ ਸਿੰਘ ਦੀ ਪੜ੍ਹਾਈ ਇਮਾਨਦਾਰੀ ਸੱਚੀ ਲਗਨ ਅਤੇ ਦੂਰ ਅੰਦੇਸ਼ੀ ਸੋਚ ਨੂੰ ਉਜਾਗਰ ਕਰਦਾ ਹੈ 238 ਪੇਜਾਂ ਦੇ ਬਣਾਏ ਗਏ ਇਸ ਪ੍ਰਭਾਵਸ਼ਾਲੀ ਯੋਜਨਾ ਨੂੰ ਤਿਆਰ ਕਰਨ ਲਈ ਸਰਪੰਚ ਪੰਥਦੀਪ ਸਿੰਘ ਵੱਲੋਂ 6 ਮਹੀਨੇ ਦੀ ਮਿਹਨਤ ਨਾਲ ਇਸ ਵਿੱਚ ਪਿੰਡ ਦੇ ਵਿਕਾਸ ਦਾ ਹਰ ਰੂਪ ਰੰਗ ਪੇਸ਼ ਕੀਤਾ ਗਿਆ ਹੈ ਸਰਕਾਰੀ ਅਤੇ ਮਲਟੀਨੇਸ਼ਨ ਕੰਪਨੀ ਦੀ ਨੌਕਰੀ ਛੱਡ ਕੇ ਆਪਣਾ ਜੀਵਨ ਪਿੰਡ ਦੇ ਲੇਖੇ ਲਾਉਣ ਵਾਲੇ ਸਰਪੰਚ ਪੰਥਦੀਪ ਸਿੰਘ ਵੱਲੋਂ ਘੱਟ ਪੈਸਿਆਂ ਨਾਲ ਵਧ ਕੰਮ ਕਰਵਾ ਕੇ ਆਪਣੇ ਪਿੰਡ ਦੀ ਇਨਹਾਰ ਬਦਲੀ ਗਈ ਹੈ ਇੱਕ ਵੱਖਰੀ ਪਛਾਣ ਬਣਾਈ ਗਈ ਹੈ ਹੁਣ ਤੱਕ ਸੱਤ ਕੌਮੀ ਪੁਰਸਕਾਰ ਹਾਸਲ ਕਰ ਸਰਪੰਚ ਹੋਰਨਾ ਪੰਚਾਇਤਾਂ ਲਈ ਮਿਸਾਲ ਬਣ ਕੇ ਉਭਰਿਆ ਹੈ ਜੀਪੀ ਡੀਪੀ ਰਾਸ਼ਟਰੀ ਪੁਰਸਕਾਰ ਹਾਸਲ ਸਰਪੰਚ ਪੰਥਦੀਪ ਸਿੰਘ ਡਾਇਰੈਕਟਰ ਜਨਰਲ ਸ਼੍ਰੀ ਡਬਲਯੂ ਆਰ ਰੈਡੀ ਐਨ ਆਈ ਆਰ ਡੀ ਸੀ ਕਾਥੀ ਰੇਸ਼ਨ ਐਸ ਐਨ ਰਾਓ ਕੌਸ਼ਿਕ ਬਾਬੂ ਤੋਂ ਇਲਾਵਾ एसआईआरडी मुख्य डॉक्टर रोजी वैद्य मिनिस्ट्री ऑफ पंचायती राज्य सेक्रेटरी श्री सुनील कुमार आलोक प्रेम नगर वदीक सेक्रेटरी बी डी पी ओ श्री स्तीश जैन ਵੱਲੋਂ ਵਧਾਈ ਦਿੱਤੀ ਗਈ ਸਰਪੰਚ ਪੰਥਦੀਪ ਸਿੰਘ ਦੀ ਇਸ ਪ੍ਰਾਪਤੀ ਲਈ ਜਿੱਥੇ ਪੂਰੇ ਇਲਾਕੇ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਉੱਥੇ ਹੀ ਪੰਚਾਇਤ ਵਿੱਚ ਵੀ ਸੁਖਮਣੀ ਸਾਹਿਬ ਦੇ ਪਾਠ ਕਰਵਾ ਕੇ ਵਾਗਰੂ ਦਾ ਸ਼ੁਕਰਾਨਾ ਅਦਾ ਕੀਤਾ ਗਿਆ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ